राणा पाजी, जिन्ने संजीदगी दे नाल तुसी बहुत सारियां लिखणियां लिखदे हो और तुहाडे च ओ रौनकी माहौल जिहड़ा स्क्रीन दे उत्ते आउंदा है, तुसी आप भी रौनकी हो। राणा पाजी, कदी लाइफ दे विच ऐसा होया कि मतलब कोई भी ऐसी मिसटेक हो गई होवे पर तुसी ओ मिसटेक ढकती होवे, तुहाडी गल्लां चो ढकी गई होवे, पर गल ओही है कि जे मिसटेक ढकी गई सी तुसी इत्थे क्यों दसोगे, पर फिर भी की रहा ओ रौनकी माहौल? देखो, लाइव शोज वेले बड़ा कुछ हो जाता है, लाइना दा हेर फेर हो जाता है। खेतां दा पुत नाटक करदा सी, मैं खेतां दे पुत नाटक उहदी जिहड़ी ड्यूरेशन सीगी ओह 1 घंटा 5 मिंट दी सीगी। सो मेरे याद है पंजाब विच मेरा ख्याल असीं 17 शो कीते, उदों मैं 7वां जां 8वां शो कर रहा सी, शायद बठिंडे सी असीं, बठिंडे। सो ओहदे विच इह सी वी जे तुसीं इक चंक, मतलब जे मैं 7वां पेज 8वां पेज इक दूजे तों बाद 8वां पेज बोलता ਤਾਂ ਉਸ ਤੋਂ ਬਾਅਦ ਫਿਰ ਸਿੱਧਾ ਜੰਪ ਜਾਂਦਾ, ਕਿਤੇ ਨਾ ਕਿਤੇ ਹੋਰ ਜੰਪ ਹੋ ਸਕਦਾ, ਵੀ 25-30 ਮਿੰਟ ਦਾ ਪਲੇ ਉੱਡ ਸਕਦਾ ਵਿੱਚੋਂ ਜੇ ਥੋੜੀ ਜਿਹੀ ਲਾਈਨ ਵੀ ਇੱਧਰ ਉੱਧਰ ਜੰਪ ਕਰ ਗਈ। ਸੋ ਮੈਂ ਪਰਫਾਰਮੈਂਸ ਕਰ ਰਿਹਾ ਸੀ ਉਸ ਦਿਨ, ਸਾਡਾ ਪਲੇ ਜਿਹੜਾ 1 ਘੰਟੇ 5 ਮਿੰਟ ਦਾ ਸੀ ਉਹ 1.5 ਘੰਟੇ ਦਾ ਕੀਤਾ ਸੀ। ਮੇਰੀ ਟੀਮ ਨੂੰ ਵੀ ਬਾਅਦ ਚ ਪਤਾ ਲੱਗਿਆ, ਮੈਂ ਉਹਨਾਂ ਨੂੰ ਬਾਅਦ ਦੇ ਵਿੱਚ ਦੱਸਿਆ, ਆਡੀਅੰਸ ਨੂੰ ਮੈਂ ਪਤਾ ਨਹੀਂ ਲੱਗਣ ਦਿੱਤਾ। ਸੋ ਮੈਂ ਪਹਿਲੇ ਜਦੋਂ 10 ਮਿੰਟ ਪਲੇ ਕਰ ਗਿਆ ਤਾਂ ਮੈਂ ਅਚਾਨਕ ਜੰਪ ਕਰ ਗਿਆ 10 ਮਿੰਟ ਤੋਂ ਬਾਅਦ, ਜਿਹੜੀ ਲਾਈਨ 20 ਮਿੰਟ ਤੋਂ ਬਾਅਦ ਆਉਣੀ ਸੀ ਉਹ ਉਦੋਂ ਬੋਲਤੀ, ਤੇ ਉਦੋਂ ਬਾਅਦ ਪਲੇ ਸਿੱਧਾ ਚੱਲ ਪਿਆ। ਬਾਅਦ ਵਿੱਚ ਮੈਨੂੰ ਲੱਗਾ ਬੜਾ ਇੰਪੋਰਟੈਂਟ ਪਾਰਟ ਰਹਿ ਗਿਆ, ਕਿਵੇਂ ਰਹਿ ਗਿਆ। ਫਿਰ ਮੈਂ ਨਾਲੇ ਪਰਫਾਰਮੈਂਸ ਦੇ ਰਿਹਾ ਕਿ ਆਏ ਅਸੀਂ ਲੜਾਂਗੇ ਸਾਥੀ, ਮੇਰਾ ਚੱਲ ਰਿਹਾ ਪੂਰਾ ਜਨੂਨ ਨਾਲ, ਮੇਰੇ ਦਿਮਾਗ ਝੱਲ ਚੱਲ ਰਿਹਾ ਵੀ ਕਿੱਥੇ ਕੀ ਰਹਿ ਗਿਆ। ਅਚਾਨਕ ਮੇਰੇ ਯਾਦ ਆਇਆ, ਉਹ ਅੱਛਾ ਅੱਛਾ ਅੱਛਾ, ਫਸਟ ਐਕਟ ਦੇ ਵਿੱਚ ਜੰਪ ਮਾਰ ਗਿਆ। ਮੈਂ ਨਾਲ ਨੇ ਐਕਟ ਕਰਦੇ ਕਰਦੇ ਨੇ ਇੱਥੇ ਪੌਜ ਚੱਲ ਲਿਆ, ਮਿੱਟੀ ਜੀ ਐ ਜ਼ਮੀਨ ਤੇ ਆ ਕੇ ਸਟੇਜ ਤੇ ਐਕਟਿੰਗ ਜੀ ਕਰਕੇ ਫਿਰ ਮੈਂ 20 ਮਿੰਟ ਵਾਪਸ ਗਿਆ। ਉਹ ਦੁਬਾਰੇ ਫਿਰ ਜਿਹੜੀਆਂ ਲਾਈਨਾਂ ਮੈਂ ਕੁਛ ਬੋਲ ਚੁੱਕਿਆ ਸੀ, 4-5 ਮਿੰਟ ਦੁਬਾਰੇ ਬੋਲ ਚੁੱਕਿਆ ਸੀਗਾ, ਅੱਗੇ ਕਾਫੀ ਚੀਜ਼ਾਂ ਬੋਲ ਚੁੱਕਿਆ ਸੀ, ਉਹ ਦੁਬਾਰੇ ਰਿਪੀਟ ਕਰਕੇ ਬੋਲੀਆਂ, ਪਰ ਲੋਕਾਂ ਨੂੰ ਨਹੀਂ ਪਤਾ ਲੱਗਾ ਕਿ ਮੈਂ ਰਿਪੀਟ ਕਰ ਰਿਹਾ। ਮੈਂ ਇਸ ਤਰੀਕੇ ਨਾਲ ਐਕਸਕਿਊਜ਼ ਲੈਂਦਾ ਗਿਆ ਕਿ ਇਹ ਕੱਲਾ ਮੇਰੇ ਅੰਦਰ ਬਾਰ ਬਾਰ ਜਿਹਨ ਵਿੱਚ ਆਉਂਦੀਆਂ ਰਹਿੰਦੀਆਂ ਨੇ, ਬਾਰ ਬਾਰ ਜੇ ਮੈਂ ਬਾਰ ਬਾਰ ਸਤਿ ਸ੍ਰੀ ਅਕਾਲ ਬੁਲਾ ਸਕਦਾ, ਜੇ ਬਾਰ ਬਾਰ ਮੈਂ ਕਿਸੇ ਨੂੰ ਜੱਫੀ ਪਾ ਸਕਦਾ ਤਾਂ ਬਾਰ ਬਾਰ ਮੈਂ ਇਹ ਸ਼ਬਦ ਦੁਹਰਾ ਸਕਦਾ, ਬਾਰ ਬਾਰ ਮੈਂ ਕਵਿਤਾ ਦੁਹਰਾ ਸਕਦਾ। ਸੋ ਉਹਨਾਂ ਨੂੰ ਲੱਗਿਆ ਕਿ ਇਹ ਪਰਫਾਰਮੈਂਸ ਦਾ ਹੀ ਪਾਰਟ ਹੈ। अरे वेरी गुड वेरी गुड। तो यानी कि तुसी अपनियां ओ चीज़ां नू तुसी इस चीज़ दे नाल कंसीडर करता, बराबरी देती कि भी जे मैं बार बार जफ्फी पा सकदा, बार बार किसी नू सस्सी गल बुला सकदा, ते इस करके ओ शब्द भी आ गया ना। लोकां नू कईआं नू पता लगूगा वी तां पहलां बोल के गया दुबारे क्यों बोली जांदा, इसलिए ओनू करन लई। सो इह है कि जे किते मैनू कोई थिएटर वाले सुन रहे होण जां फिल्मां बारे, जे कोई क्रिएटिव काम करदे होए कोई तुहाडे तों गलती हुंदी है तां उसी अपनी क्रिएटिविटी दे नाल ओनू बड़े आराम नाल ढक सकदे हो, तां बड़े आराम नाल उहदे विचों निकल सकदे हो। टेंशन लैण, जे मैं टेंशन ਲੈ ਲੈਂਦਾ ਨਾਲੇ ਮੇਰਾ ਨਾਟਕ ਖਰਾਬ ਹੋ ਜਾਂਦਾ, ਨਾਲੇ ਪਰਫਾਰਮੈਂਸ ਖਰਾਬ ਹੋ ਜਾਂਦੀ। ਅੱਛਾ ਰਾਣਾ ਭਾਜੀ, ਦੇਖੋ ਅੱਜ ਦੇ ਇਸ ਦੌਰ ਦੇ ਵਿੱਚ ਰਾਣਾ ਭਾਜੀ ਉਹ ਰੁਤਬਾ ਰੱਖਦੇ ਆ ਕਿ ਜਦੋਂ ਰਾਣਾ ਕਿਸੇ ਦੀ ਤਾਰੀਫ ਕਰ ਦਿੰਦਾ, ਕਿਸੇ ਦੀ ਅਦਾਕਾਰ ਦੀ ਤਾਰੀਫ ਕਰਦਾ, ਕੋਈ ਨਵੇਂ ਨਾਟਕ ਦੇਖਣ ਦੇ ਦੌਰਾਨ ਕਿਸੇ ਅਦਾਕਾਰ ਦੀ ਤਾਰੀਫ ਕਰਦਾ, ਤਾਂ ਉਹਦੇ ਲਈ ਉਹ ਬੈਸਟ ਕੰਪਲੀਮੈਂਟ ਹੁੰਦਾ ਉਸ ਅਦਾਕਾਰ ਦੇ ਲਈ। ਤੇ ਰਾਣਾ ਭਾਜੀ, ਜਦੋਂ ਆਪ ਤੁਸੀਂ ਇਸ ਸਾਰੇ ਦੌਰ ਚੋਂ ਗੁਜ਼ਰੇ ਹੋ, ਜੇ ਮੈਂ ਹੁਣ ਤੱਕ ਦੇ ਬੈਸਟ ਕੰਪਲੀਮੈਂਟ ਦੀ ਗੱਲ ਕਰਾਂ, ਜਿਹੜਾ ਰਾਣੇ ਨੂੰ ਕਦੇ ਕਿਸੇ ਨੇ ਦਿੱਤਾ ਸੀ, ਕਿਸੇ ਨੇ ਉਹ ਸ਼ਬਦ ਕਹੇ ਸੀ, ਪਰ ਰਾਣਾ ਤਾ ਉਮਰ ਉਹ ਸ਼ਬਦਾਂ ਨੂੰ ਭੁੱਲ ਨਹੀਂ ਸਕਦਾ, ਉਹ ਜਦੋਂ ਅੱਜ ਵੀ ਉਹ ਪਲਾਂ ਨੂੰ ਯਾਦ ਕਰਦਾ ਤਾਂ ਰੂਹ ਖਿੜ ਜਾਂਦੀ ਹੈ। ਤਾਂ ਉਹ ਕਿਹੜੇ ਪ੍ਰਸ਼ੰਸਾ ਵਾਲੇ ਸ਼ਬਦ ਸੀਗੇ ਰਾਣਾ ਭਾਜੀ? ਬੜਾ ਘੱਟ ਮਾਦਾ ਹੁੰਦਾ ਹੈ ਕਲਾਕਾਰਾਂ ਦੇ ਵਿੱਚ ਕਿਸੇ ਨੂੰ ਸ਼ਾਬਾਸ਼ ਦੇਣ ਦਾ। ਮੈਂ ਸਾਰੇ ਕਲਾਕਾਰ ਭਰਾ ਸੁਣ ਰਹੇ ਹੋਣਗੇ, ਮੈਂ ਕਹੂੰਗਾ ਸਾਰੇ ਅਸੀਂ ਆਪੋ ਆਪਣੀ ਥਾਂ ਤੇ ਚੰਗੇ ਹਾਂ, ਠੀਕ ਕੰਮ ਕਰ ਰਹੇ ਹਾਂ, ਪਰ ਹਰੇਕ ਬੰਦਾ ਇੱਕ ਤਾਰੀਫ ਵੀ ਚਾਹੁੰਦਾ ਹੁੰਦਾ, ਸ਼ਾਬਾਸ਼ ਚਾਹੁੰਦਾ ਹੁੰਦਾ, ਔਰ ਚੰਗੇ ਸ਼ਬਦ ਚਾਹੁੰਦਾ ਹੁੰਦਾ। ਤੁਸੀਂ ਤਾਰੀਫ ਜ਼ਰੂਰ ਕਰਿਆ ਕਰੋ ਕਿਸੇ ਦੀ, ਨਵੇਂ ਦੀ, ਪੁਰਾਣੇ ਦੀ, ਵੱਡੇ ਦੀ, ਛੋਟੇ ਦੀ, ਜ਼ਰੂਰ ਕਰਿਆ ਕਰੋ, ਉਹਨੂੰ ਚੰਗਾ ਲੱਗਦਾ, ਚਾਹੇ ਤੁਸੀਂ ਉਸ ਨਾਲ ਕੰਮ ਕਰ ਰਹੇ ਹੋ ਫਿਲਮ ਵਿੱਚ ਚਾਹੇ ਨਹੀਂ, ਚਾਹੇ ਉਹ ਤੁਹਾਡੇ ਗਰੁੱਪ ਦਾ ਹੈਗਾ ਚਾਹੇ ਨਹੀਂ। ਪਹਿਲੀ ਗੱਲ ਤਾਂ ਗਰੁੱਪੇ ਜਿਵੇਂ ਖਤਮ ਕਰ ਦੋ। ਮੈਨੂੰ ਜਿਹੜਾ ਅੱਜ ਤੱਕ ਨਹੀਂ ਭੁੱਲਦਾ, ਜਿਸ ਕਲਾਕਾਰ ਦਾ ਬਹੁਤ ਵੱਡਾ ਮਾਦਾ ਸੀ ਔਰ ਇਸ ਵਕਤ ਸਾਡੇ ਵਿੱਚ ਦੁਨੀਆਂ ਦੇ ਵਿੱਚ ਨਹੀਂ ਹੈਗੇ, ਉਹਨਾਂ ਨੂੰ ਮੈਂ ਇਸ ਗੱਲ ਕਰਕੇ ਤਾਂ ਹਮੇਸ਼ਾ ਹੀ ਯਾਦ ਰੱਖੂੰਗਾ ਆਪਣੇ ਦੁਨੀਆਂ ਛੱਡਣ ਤੱਕ। ਵਿਵੇਕ ਸ਼ੌਕ ਹੋਰਾਂ ਨਾਲ ਅਸੀਂ ਫਿਲਮ ਕੀਤੀ। ਸੋ ਉਹ ਫਿਲਮ ਕਰਦੇ ਹੋਏ ਜਦੋਂ ਅਸੀਂ ਕਰ ਰਹੇ ਸੀ ਫਿਲਮ ਮਿੱਟੀ ਆਵਾਜ਼ਾਂ ਮਾਰਦੀ ਹੈ ਨਾ, ਸੋ ਪਹਿਲੀ ਵਾਰੀ ਮੈਂ ਉਹਨਾਂ ਨੂੰ ਬੜੀ ਵਾਰ ਦੇਖਿਆ ਸੀ ਸਟੂਡੈਂਟ ਲਾਈਫ ਤੋਂ, ਕਿਉਂਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਟੀਵੀ ਕਰਨਾ ਸ਼ੁਰੂ ਕਰਤਾ ਸੀ, ਪਟਾਰੀ ਪ੍ਰੋਗਰਾਮ ਕਰਦੇ, ਮੈਂ ਉਹਨਾਂ ਦਾ ਫੈਨ, ਫਿਰ ਜਸਪਾਲ ਭੱਟੀ ਜੀ ਨਾਲ ਵੇਖਣਾ ਉਹਨਾਂ ਨੂੰ,
ਤਾਂ ਜਦੋਂ ਮੈਂ ਸ਼ਾਰਟ ਦੇ ਕੇ ਹਟਿਆ ਉਹਨਾਂ ਨਾਲ ਤਾਂ ਮੇਰੇ ਕੋਲੇ ਆਏ ਬੜੇ ਪਿਆਰ ਨਾਲ, ਉਹ ਤੁਹਾਡੇ ਕੋਲੇ ਵਿਵੇਕ ਸ਼ੌਕ ਆ ਕੇ ਤੁਹਾਡੇ ਉੱਤੇ ਜੱਫੀ ਪਾਵੇ ਤਾਂ ਤੁਹਾਡੇ ਲਈ ਇੱਕ ਵੱਡੀ ਪ੍ਰਾਪਤੀ ਹੋ ਜਾਂਦੀ ਹੈ। ਮੇਰੀ ਜਦ ਕਿ ਤੀਜੀ ਚੌਥੀ ਫਿਲਮ ਸੀਗੀ ਉਹ, ਔਰ ਟੀਵੀ ਕਰਦੇ ਨੂੰ ਵੀ ਬਹੁਤ ਦੇਰ ਹੋ ਗਈ ਸੀ, ਪਰ ਫਸਟ ਟਾਈਮ ਇਸ ਤਰ੍ਹਾਂ ਦੀ ਮੁਲਾਕਾਤ ਸੀ। ਉਹਨਾਂ ਨੇ ਨਿੱਘ ਨਾਲ ਆ ਕੇ ਜੱਫੀ ਪਾਈ, ਮੈਨੂੰ ਕਹਿੰਦੇ ਛੋਟੇ ਭਾਈ ਰਾਣਾ ਤੇਰਾ ਨਾਮ? ਮੈਂ ਕਿਹਾ ਹਾਂਜੀ। ਬੜਾ ਵਧੀਆ ਕੰਮ ਕਰਦੇ ਯਾਰ ਤੁਸੀਂ, ਆ ਥੀਏਟਰ ਥੂਟਰ ਕਰਦੇ ਹੋ? ਮੈਂ ਕਿਹਾ ਹਾਂਜੀ ਭਾਜੀ। ਬੜਾ ਛੋਟੇ ਭਾਈ ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀਂ ਮੇਰੇ ਬ੍ਰਦਰ, ਔਰ ਬਹੁਤ ਸੋਹਣਾ ਤੁਸੀਂ ਇਸ ਤਰ੍ਹਾਂ ਲੱਗੇ ਰਹੋ। ਇਹ ਜਿਹੜਾ ਥੋੜਾ ਤੂੰ ਐਂ ਬੋਲ ਰਿਹਾ ਸੀ ਨਾ, ਇਹ ਸਿਨੇਮੇ ਦੇ ਹਿਸਾਬ ਨਾਲ ਇਸ ਤਰ੍ਹਾਂ ਬੋਲੀ ਦਾ ਹੁੰਦਾ, ਇਹਨੂੰ ਐਂ ਤੇਰੀ ਟਾਈਮਿੰਗ ਇੰਨੀ ਸ਼ਾਬਾਸ਼। ਮੈਨੂੰ 10 ਮਿੰਟ ਐਂ ਲੈ ਕੇ ਫਿਰਦੇ ਰਹੇ, ਪ੍ਰੇਜ਼ ਕਰਦੇ ਰਹੇ, ਮੈਨੂੰ ਲੱਗਿਆ। ਮੈਂ ਕਿਹਾ ਨਹੀਂ ਭਾਜੀ ਵੀ ਮੈਂ ਤੁਹਾਡੇ ਤੋਂ ਸਿੱਖਿਆ ਬੜਾ ਕੁਝ, ਅਸੀਂ ਤੁਹਾਡਾ ਨਹੀਂ ਨਹੀਂ ਮੇਰੀ ਗੱਲ ਛੱਡ, ਮੈਂ ਤੇਰੇ ਨਾਲ ਗੱਲ ਕਰਨਾ ਆ। ਮਤਲਬ ਉਸ ਇਨਸਾਨ ਨੇ, ਉਸ ਐਕਟਰ ਨੇ, ਉਸ ਕਲਾਕਾਰ ਨੇ ਇੰਨੀ ਜ਼ਿਆਦਾ ਤਾਰੀਫ ਕੀਤੀ ਕਿ ਉਹ ਅੱਜ ਵੀ ਮੇਰੇ ਦਿਮਾਗ ਵਿੱਚ ਤੇ ਦਿਲ ਵਿੱਚ ਇੱਥੇ ਨੇ। ਤੇ ਮੈਨੂੰ ਐਡਾ ਬੂਸਟ ਮਿਲਿਆ ਸੀ ਉਸ ਸ਼ਾਬਾਸ਼ ਦਾ, ਤਾਂ ਮੈਨੂੰ ਆਇਆ ਸੀ ਰਾਣੇ ਹੁਣ ਤੈਨੂੰ ਕੋਈ ਮਰਜ਼ੀ ਕੁਛ ਕਹੇ ਜਾਂ ਤੈਨੂੰ ਕੋਈ ਸ਼ਾਬਾਸ਼ ਨਾ ਦੇਵੇ, ਤੈਨੂੰ ਇੱਕ ਬਹੁਤ ਪਿਓਰ ਕਲਾਕਾਰ ਨੇ ਸ਼ਾਬਾਸ਼ ਦਿੱਤੀ ਆ, ਪਿਓਰ ਬੰਦੇ ਨੇ ਸ਼ਾਬਾਸ਼ ਦਿੱਤੀ ਆ, ਹੁਣ ਤੂੰ ਰੁਕਣਾ ਨਹੀਂ, ਅੱਗੇ ਲੱਗਿਆ ਹੈ। ਉਹ ਸ਼ਾਬਾਸ਼ ਮੇਰੇ ਹੁਣ ਤੱਕ ਕੰਮ ਆਉਂਦੀ ਆ, ਜੇ ਕਦੇ ਮੈਂ ਉਦਾਸ ਵੀ ਹੁੰਦਾ, ਜੇ ਕਦੇ ਰੁਕਣ ਦੀ ਕੋਸ਼ਿਸ਼ ਕਰਦਾ ਮੇਰੇ ਅੰਦਰ, ਚਾਹੇ ਮੈਨੂੰ ਯਾਦ ਨਾ ਆਵੇ ਵੀ ਕਿਹਨੇ ਕਿਹਾ ਸੀ ਵਿਵੇਕ ਸ਼ੌਕ ਨੇ, ਪਰ ਉਹ એનર્ਜੀ ਬਣ ਕੇ ਕਿਤੇ ਨਾ ਕਿਤੇ ਅੱਜ ਵੀ ਅੰਦਰ ਖੇਡਦੀ ਹੈ। ਸੋ ਵਿਵੇਕ ਸ਼ੌਕ ਭਾਜੀ ਨੂੰ ਸਲਾਮ। ਵੈਰੀ ਗੁੱਡ। ਤੇ ਬਹੁਤ ਲੋਕ ਐਸੇ ਹੁੰਦੇ ਆ ਜਿਹੜੇ ਦੁਨੀਆਂ ਤੋਂ ਜਾਣ ਤੋਂ ਬਾਅਦ ਸਵਰਗਾਂ ਦਾ ਝੂਟਾ ਦੇਖਦੇ ਹੋਣੇ, ਮਤਲਬ ਤੁਸੀਂ ਦੁਨੀਆਂ 'ਚ ਰਹਿੰਦੇ ਹੋਏ ਸਵਰਗ ਦਾ ਝੂਟਾ ਲਿਆ। ਬਹੁਤ ਜ਼ਿਆਦਾ ਬਹੁਤ ਯੂ ਆਰ ਗ੍ਰੇਟ ਮੈਨ। ਅਰੇ ਵਾਹ ਵਾਹ। ਅੱਛਾ ਰਾਣਾ ਭਾਜੀ, ਜਿਵੇਂ ਤੁਹਾਡੀ ਲਿਖਣੀ ਤੋਂ ਪੰਜਾਬੀ ਸਿਨੇਮਾ ਦੇ ਲੋਕ ਅਤੇ ਜਿਹੜੇ ਵਿਊਅਰਸ ਹੈਗੇ ਆ, ਦਰਸ਼ਕ ਹੈਗੇ ਆ, ਉਹ ਪ੍ਰਭਾਵਿਤ ਰਹਿੰਦੇ ਆ, ਅਤੇ ਮੈਂ ਖਾਸ ਤੌਰ 'ਤੇ ਹੁਣ ਗੱਲ ਉਹ ਕਰਨ ਲੱਗਿਆ ਕਿ ਦੇਖੋ ਤੁਹਾਡੀ ਲਿਖਣੀ ਤੋਂ ਤਾਂ ਪ੍ਰਭਾਵਿਤ ਅਸੀਂ ਰਹਿੰਦੇ ਹੀ ਰਹਿੰਦੇ ਹਾਂ, ਹੁਣ ਜਿਹੜੀ ਅਗਲੀ ਗੱਲ ਹੈ ਉਹ ਹੈਗੀ ਹੈ ਕਿ ਵੀ ਸਪੋਂਟੇਨਿਟੀ ਔਨ ਦਾ ਸਪੋਟ। ਜਿਵੇਂ ਮੈਂ ਤੁਹਾਨੂੰ ਇੱਕ ਹਾਫ ਡਾਇਲੋਗ ਦਊਂਗਾ, ਤੁਹਾਡੇ ਲਈ ਟਾਸਕ ਹੈ, ਹਾਫ ਡਾਇਲੋਗ ਦਊਂਗਾ, ਹਾਫ ਤੁਸੀਂ ਪੂਰਾ ਕਰਨਾ, ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿੱਧਰ ਨੂੰ ਲੈ ਕੇ ਜਾਓ ਗੱਲ ਨੂੰ। ਠੀਕ ਹੈ ਜੀ, ਤਿਆਰ ਹੋ? ਜੀ। ਜੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਤਾਂ, ਜੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਤਾਂ ਤੁਹਾਨੂੰ ਮੰਦਰ, ਗੁਰਦੁਆਰੇ, ਮਸਜਿਦ ਜਾਣ ਦੀ, ਗਿਰਜੇ ਵਿੱਚ ਜਾਣ ਦੀ ਕੋਈ ਲੋੜ ਨਹੀਂ, ਤਾਂ ਤੁਹਾਨੂੰ ਫਿਰ ਰੱਬ ਦੇ ਨਾਂ ਤੇ ਭਗਤੀ ਕਰਨ ਦੀ, ਸਵੇਰੇ ਸ਼ਾਮ ਪੂਜਾ ਪਾਠ ਕਰਨ ਦੀ, ਆਰਤੀਆਂ ਕਰਨ ਦੀ ਕੋਈ ਲੋੜ ਨਹੀਂ। ਜੇ ਤੁਸੀਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੇ ਕੰਮ ਦੇ ਨਾਲ, ਆਪਣੇ ਜਨਮ ਦੇ ਨਾਲ, ਆਪਣੇ ਸਾਹਾਂ ਦੇ ਨਾਲ ਇਨਸਾਫ ਨਹੀਂ ਕਰ ਸਕਦੇ। ਕਿਸੇ ਨੂੰ ਖੁਸ਼ ਕਰਨਾ ਮਤਲਬ ਇਸ ਦੁਨੀਆਂ ਦੇ ਉੱਤੇ ਆ ਕੇ ਕਿਸੇ ਬੱਚੇ ਨੂੰ, ਕਿਸੇ ਗਰੀਬ ਨੂੰ, ਕਿਸੇ ਹਾਣਦੇ ਨੂੰ, ਆਪਣੇ ਕਰਮਚਾਰੀ ਨੂੰ, ਆਪਣੇ ਬੌਸ ਨੂੰ ਚਮਚੀ ਦੇ ਨਾਲ ਦੇ ਨਹੀਂ, ਜਾਂ ਸਿਰਫ ਝੂਠੀ ਪ੍ਰੇਜ਼ ਕਰਕੇ ਨਹੀਂ, ਪਰ ਆਪਣੇ ਕੰਮ ਨਾਲ, ਆਪਣੇ ਹੁਨਰ ਨਾਲ, ਉਹਦੇ ਹੁਨਰ ਨੂੰ ਸ਼ਾਬਾਸ਼ ਦਿੰਦੇ ਹਾਂ, ਉਹਦੇ ਹੁਨਰ ਨੂੰ ਪਹਿਚਾਣਦੇ ਹਾਂ, ਉਹਦੇ ਕੰਮ ਨੂੰ ਪਹਿਚਾਣਦੇ ਹਾਂ, ਉਹਦੀ ਜਾਤ ਨੂੰ, ਉਹਦੀ ਔਕਾਤ ਨੂੰ, ਉਹਦੀ ਹੋਂਦ ਨੂੰ ਪਹਿਚਾਣਦੇ। ਜਦੋਂ ਕਿਸੇ ਨੂੰ ਖੁਸ਼ ਕਰਦੇ ਹੋ ਤਾਂ ਤੁਸੀਂ ਕੁਦਰਤ ਦੇ ਤੇ ਰੱਬ ਦੇ ਸਭ ਤੋਂ ਵੱਧ ਨਜ਼ਦੀਕ ਹੁੰਦੇ ਹੋ। ਬੰਦੇ ਦੀ ਇਹੀ ਚਾਹਤ ਹੁੰਦੀ ਹੈ ਕਿ ਰੱਬ ਦੇ ਸਭ ਤੋਂ ਵੱਧ ਨਜ਼ਦੀਕ ਹੋਣਾ ਹੈ, ਕੁਦਰਤ ਦੇ ਸਭ ਤੋਂ ਵੱਧ ਨਜ਼ਦੀਕ ਹੋਣਾ ਹੈ, ਤਾਂ ਉਹਦਾ ਇੱਕੋ ਹੀ ਹੈ ਕਿ ਤੁਸੀਂ ਖੁਸ਼ ਕਰੋ, ਚਾਹੇ ਮਾਲੀ ਨੂੰ, ਚਾਹੇ ਤੁਸੀਂ ਪੀਣ ਨੂੰ, ਚਾਹੇ ਆਪਣੀ ਮਾਂ ਨੂੰ, ਚਾਹੇ ਪਿਓ ਨੂੰ, ਚਾਹੇ ਬੱਚੇ ਨੂੰ, ਚਾਹੇ ਭਾਈ ਨੂੰ, ਚਾਹੇ ਮਸ਼ੂਕ ਨੂੰ, ਚਾਹੇ ਵਾਈਫ ਨੂੰ, ਚਾਹੇ ਬੌਸ ਨੂੰ, ਚਾਹੇ ਫਿਰ ਆਪਣੇ ਕਰਮਚਾਰੀ ਨੂੰ, ਤੁਸੀਂ ਖੁਸ਼ ਕਰਦੇ ਹੋ ਤਾਂ ਤੁਹਾਡਾ ਦਿਨ ਬਹੁਤ ਲੇਖੇ ਲੱਗਦਾ। ਬਹੁਤ ਖੂਬ ਭਾਜੀ। ਇੱਕ ਪੁਰਾਣੀ ਕਹਾਵਤ ਤਾਂ ਇਹ ਹੁੰਦੀ ਹੈ ਕਿ ਵੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਪਰ ਜੇ ਮੈਂ ਸਿਰਫ ਇੰਨਾ ਹੀ ਰਾਣੇ ਲਈ ਸ਼ਬਦ ਕਹਿ ਕੇ ਛੱਡਦਾ ਕਿ ਡੁੱਬਦੇ ਨੂੰ ਅੱਗੇ ਕੀ ਕਹੂਗਾ ਰਾਣਾ? ਮੇਰੇ ਲਈ ਮੈਂ ਤਾਂ ਹਲੇ ਬਹੁਤ ਕੁਝ ਸਿੱਖ ਰਿਹਾ ਯਾਰ, ਤੇ ਮੈਂ ਕਹੂੰਗਾ ਵੀ ਡੁੱਬਦੇ ਨੂੰ ਹੱਥ ਪੈਰ ਮਾਰਨੇ ਚਾਹੀਦੇ ਨੇ, ਡੁੱਬਦੇ ਨੂੰ ਡੁੱਬਣਾ ਨਹੀਂ ਚਾਹੀਦਾ, ਕਿਨਾਰੇ ਵੱਲ ਭੱਜਣ ਦਾ ਯਤਨ ਕਰਨਾ ਚਾਹੀਦਾ ਹੈ, ਤੇ ਤੈਰਨ ਲਈ ਖੰਭ ਆਪਣੇ ਆਪ ਲੱਗ ਜਾਂਦੇ ਨੇ। ਹੈ ਬਹੁਤ ਖੂਬ। ਅਗਲਾ ਹਾਫ ਡਾਇਲੋਗ ਇਹ ਹੈ, ਨਾ ਪੈਸਾ ਵੱਡਾ ਨਾ ਰੁਤਬਾ, ਵੱਡੀ ਲਗਨ, ਵੱਡੀ ਮਿਹਨਤ ਤੇ ਵੱਡੀ ਮਾਂ ਜਿਹੜੀ ਤੁਹਾਨੂੰ ਜਨਮ ਦਿੰਦੀ ਹੈ ਤੇ ਜੀਣਾ ਸਿਖਾਉਂਦੀ ਹੈ।